ਵੇਲਾ ਹੀ ਬੈਠਾ ਸੀ ਨੀ ਮੈਂ ਪੂਰੇ ਸਾਲ ਤੋਂ ਤੇਰਾ ਪੈ ਗਿਆ ਭੁਲੇਖਾ। ਇਹ ਜਿਹੜੀ ਲਾਈਨ 'ਚ ਬਣ ਗਿਆ ਇਹ ਤਾਂ ਸਾਨੂੰ ਨਹੀਂ ਪਤਾ ਲੱਗਿਆ ਤਾਂ ਅਸਲੀਅਤ ਵਿੱਚ ਇਹਦਾ। ਮੈਨੂੰ ਇਹਦੀ ਮਾਂ ਕਹਿ ਰਹੀ ਸੀ ਵੀ ਪੈਸੇ ਗਾਉਣਾ ਕਰਾਉਣਾ, ਪੈਸੇ ਪੂਸੇ ਪੁੱਛ ਲਾ ਕਿੱਧਰ ਦੇ ਲਿਆ ਦੇ। ਮੈਂ ਕਿਤੇ ਲੋਕਡਾਊਨ ਲੱਗਿਆ, ਕੰਮ ਬੰਦ ਹੋ ਗਿਆ। ਚਲੋ ਇਹਨੇ ਖਬਨੀ ਕਿੱਥੋਂ ਵੜਿਆ, ਫਿਰ ਮੁੰਡੇ ਮੰਡਾਂ 'ਚੋਂ ਫਟ ਲਏ। ਫਿਰ ਇਹ ਹਰਮੋਨੀ ਲਿਆਇਆ, ਖਬਨੀ ਕਿੱਥੋਂ ਲਿਆਇਆ, ਉੱਤੇ ਬਹਿ ਗਿਆ ਚਬਾਰੇ 'ਚ। ਉਹ ਬਿਰਲਾ ਨੂੰ ਵੀ ਚੀਪੀਆਂ ਲਾਤੀਆਂ, ਬਾਜ ਬਾਹਰ ਨਾ ਜਾਵੇ। ਬਾਈ 2-3 ਮਹੀਨੇ ਨੇ ਇਹੋ ਜਿਹੇ ਲਾਏ ਆ ਉਹ ਬਾਬੂ ਤੇ ਬਾਦਰ ਗਾਉਣਾ ਕਰਾ ਕੇ ਸਾਨੂੰ ਤਾਂ ਫਿਰ ਲੋਕਾਂ ਦੀ ਵਧਾਈਆਂ ਹੋ ਗਈਆਂ ਵਧਾਈ। ਹੁਣ ਤਾਂ ਕਾਕਾ ਵੱਡੇ ਵੱਡੇ ਹੋਟਲਾਂ 'ਚ ਤੁਹਾਨੂੰ ਵੀ ਘੁਮਾ ਕੇ ਲਿਆਇਆ ਕਿ ਨਹੀਂ? ਨਹੀਂ, ਅਸੀਂ ਹੋਟਲਾਂ 'ਚ ਜਾਣ ਵਾਲੇ ਬੰਦੇ ਨਹੀਂ ਹੈ, ਅਸੀਂ ਤਾਂ ਘਰਾਂ ਰਹਿਣ ਵਾਲੇ ਬੰਦੇ ਹੈ। ਨਾ ਸਾਡਾ ਕਿਤੇ ਵੀ ਦਿਲ ਨਹੀਂ ਕਰਦਾ, ਸਾਨੂੰ ਬਾਹਰ ਕਹਿਣ ਤਾਂ ਪਾਸਪੋਰਟ ਬਣਾਓ ਇਕਣ ਕਰੋ, ਮਹਾਂ ਮੈਂ ਜਾਣਾ ਨਹੀਂ ਕਿਤੇ। ਗਾਣੇ ਵੀ ਬਥੇਰੇ ਲਿਖਤੇ ਹੋਣੇ, ਗਾਉਣੇ ਤਾਂ ਜਦ ਮੈਂ ਇਹ ਦੱਸ ਰਿਹਾ ਨਾ ਵੀ ਇਹ ਜਦ ਕਾਲਜ ਵਿੱਚ ਤਾਂ ਹੁਣ ਪਤਾ ਲੱਗ ਰਿਹਾ ਵੀ ਜੱਦਾ ਲਿਖ ਰਿਹਾ। 4-5 ਮਹੀਨੇ ਹੋ ਗਏ ਆਏ ਨੂੰ, ਆਇਆ ਇੱਥੇ ਮਤਲਬ ਦੁਨੀਆ ਦਾ ਇਕੱਠ ਹੋ ਗਿਆ ਬਹੁਤ। ਮੇਰੇ ਤਾਂ ਮੁੰਡਾ ਗੋਡੀ ਨੂੰ ਹੱਥ ਲਾਇਆ, ਬਸ ਲੰਘ ਗਿਆ। ਮੇਰੇ ਦਿਨ ਸ਼ੁਰੂ ਤੋਂ ਹੀ ਚੰਗੇ ਰਹੇ ਨੇ, ਚੰਗੇ ਦਿਨਾਂ ਵਿੱਚ ਥੋੜੇ ਪੰਗੇ ਰਹੇ ਨੇ। ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ। ਅੱਜ ਅਸੀਂ ਪਹੁੰਚੇ ਹਾਂ ਪਟਿਆਲਾ, ਜ਼ਿਲ੍ਹਾ ਪਟਿਆਲੇ ਦੇ ਪਿੰਡ ਚੰਦੂ ਮਾਜਰਾ, ਜਿਹੜਾ ਕਿ ਕਾਕਾ ਸਿੰਗਰ ਕਿਸੇ ਵੀ ਅਸੀਂ ਕਹਿ ਸਕਦੇ ਜਾਣ ਪਛਾਣ ਦੇ ਮੁਤਾਜ ਨਹੀਂ, ਜਿਨ੍ਹਾਂ ਦੇ ਗਾਣੇ ਟੈਂਪਰੇਰੀ ਪਿਆਰ ਹੋਵੇ, ਲਿਬਾਸ ਹੋਵੇ, ਕਾਲਾ ਰੰਗ ਹੋਵੇ, ਤਾਂ ਗਾਣੇ ਅੱਜ ਵੀ ਧੂਮਾਂ ਪਾਉਂਦੇ ਨੇ। ਅਤੇ ਉਹਨਾਂ ਦੇ ਵੱਲੋਂ ਆਪਣੇ ਪਿੰਡ ਚੰਦੂ ਮਾਜਰਾ ਵਿਖੇ ਇੱਕ ਲਾਇਬ੍ਰੇਰੀ ਦਾ ਉਪਰਾਲਾ ਕੀਤਾ ਗਿਆ, ਕਿਉਂਕਿ ਕਾਕੇ ਦੇ ਵੱਲੋਂ ਅਕਸਰ ਕਿਹਾ ਜਾਂਦਾ ਸੀ ਕਿਉਂਕਿ ਜਿਹੜੇ ਗਰੀਬ ਬੱਚੇ ਹੁੰਦੇ ਨੇ ਉਹ ਪੜ੍ਹਾਈ ਤੋਂ ਦੂਰ ਰਹਿ ਜਾਂਦੇ ਨੇ, ਉਹਨਾਂ ਕੋਲ ਇਤਿਹਾਸ ਤੱਕ ਕੀ ਉਹਨਾਂ ਕੋਲ ਕਿਤਾਬਾਂ ਖਰੀਦਣ ਲਈ ਪੈਸੇ ਨਹੀਂ ਹੁੰਦੇ ਸੀ, ਕਿਉਂਕਿ ਕਾਕੇ ਦੀ ਜਿਹੜੀ ਸਟੋਰੀ ਹੈਗੀ ਹੈ ਉਹ ਵੀ ਇੱਕ ਗਰੀਬ ਪਰਿਵਾਰ ਤੋਂ ਸੰਬੰਧ ਰੱਖਦਾ ਸੀ। ਅਤੇ ਅੱਜ ਕਾਕਾ ਜਦੋਂ ਪੈਸੇ ਵਾਲਾ ਵੀ ਹੈ ਅਤੇ ਕਾਕੇ ਦੇ ਗਾਣੇ ਹਿੱਟ ਹੋ ਰਹੇ ਨੇ, ਤਾਂ ਉਸਦੇ ਵੱਲੋਂ ਉਪਰਾਲਾ ਕੀਤਾ ਗਿਆ ਕਿ ਕੋਈ ਵੀ ਗਰੀਬ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹੇ। ਆਓ ਤੁਹਾਨੂੰ ਅੱਜ ਦਿਖਾਉਂਦੇ ਹਾਂ ਕਾਕੇ ਦੇ ਵੱਲੋਂ ਜਿਹੜੀ ਗਿਟਾਰ ਸ਼ੇਪ ਵਿੱਚ ਬਣਾਈ ਗਈ ਲਾਇਬ੍ਰੇਰੀ ਹੈ ਪਿੰਡ ਚੰਦੂ ਮਾਜਰਾ ਵਿਖੇ। ਬਿਲਕੁਲ ਗਿਟਾਰ ਸ਼ੇਪ ਦੇ ਵਿੱਚ ਇਹ ਲਾਇਬ੍ਰੇਰੀ ਬਣਾਈ ਗਈ ਹੈ, ਜਿਸ ਦਾ ਜੋ ਸ਼ੇਪ ਹੈਗੀ ਹੈ ਗਿਟਾਰ ਦੇ ਰੂਪ ਵਿੱਚ ਦਿੱਤੀ ਹੋਈ ਹੈ। ਤਾਂ ਅਸੀਂ ਅੰਦਰ ਦਿਖਾਉਂਦੇ ਹਾਂ ਕੀ ਕੁਝ ਜਿਹੜੀਆਂ ਕਿਤਾਬਾਂ ਜਿਹੜੀਆਂ ਲਾਇਬ੍ਰੇਰੀ 'ਚ ਰੱਖੀਆਂ ਹੋਈਆਂ ਨੇ। ਜਿਵੇਂ ਕਿ ਅੱਜ ਅਸੀਂ ਚੰਦੂ ਮਾਜਰੇ, ਕਾਕਾ ਸਿੰਗਰ ਜਿਸ ਨੂੰ ਕੋਈ ਜਾਣ ਪਹਿਚਾਣ ਦਾ ਮੁਤਾਜ ਨਹੀਂ ਹੈ, ਸਾਰੇ ਲੋਕ ਜਾਣਦੇ ਨੇ, ਦੇਸ਼ਾਂ ਵਿਦੇਸ਼ਾਂ 'ਚ ਕਾਕੇ ਦੇ ਗਾਣੇ ਵੱਜਦੇ, ਚਾਹੇ ਕਾਲਾ ਰੰਗ ਹੋਵੇ, ਟੈਂਪਰੇਰੀ ਪਿਆਰ ਹੋਵੇ, ਸਾਡੇ ਨਾਲ ਕਾਕਾ ਜੀ ਦੇ ਫਾਦਰ ਸਾਹਿਬ ਹੈਗੇ ਨੇ, ਪਿਤਾ ਜੀ ਹੈਗੇ ਨੇ। ਸਭ ਤੋਂ ਪਹਿਲਾਂ ਸਵਾਗਤ ਹੈ ਹਮਦਰਦ ਟੀਮ 'ਤੇ ਜੀ। ਬਹੁਤ ਬਹੁਤ ਹੈ ਜੀ। ਕਿਵੇਂ ਲੱਗਿਆ ਜੀ ਜੋ ਬੇਟੇ ਦੇ ਵੱਲੋਂ ਲਾਇਬ੍ਰੇਰੀ ਬਣਾਈ ਗਈ ਹੈ, ਤਾਂ ਹੁਣ ਪਿੰਡ ਦੇ ਵਿੱਚ ਤਾਂ ਵੈਸੇ ਲੋਕਾਂ 'ਚ ਖੁਸ਼ੀ ਵੀ ਹੋਣੀ ਹੈ, ਆਸ ਪਾਸ ਵੀ, ਕਿਉਂਕਿ ਬਹੁਤ ਵਧੀਆ ਉਪਰਾਲਾ ਕੀਤਾ। ਹਾਂਜੀ ਹਾਂ, ਆ ਜਾਂਦੇ ਉਹਦੇ ਪਿੰਡਾਂ ਦੇ ਪੜ੍ਹਨ ਵੀ ਆਉਂਦੇ ਆ ਜੀ, ਅਤੇ ਹੁਣ ਗਰਮੀਆਂ ਕਰਕੇ ਘੱਟ ਗਏ, ਚਾਹੇ ਤਕਰੀਬਨ ਕੰਮ ਕਾਰ ਕਰਕੇ ਘੱਟ ਗਏ ਜੀ ਜੀ। ਪਹਿਲਾਂ ਤਾਂ ਕੁਰਸੀਆਂ ਭਰ ਜਾਂਦੀਆਂ ਜੀ ਜੀ, ਅਤੇ ਹੁਣ ਘਟੇ ਆ ਕੁਛ। ਅਤੇ ਕਾਕੇ ਦਾ ਨਾਂ ਕਾਕਾ ਕਿਵੇਂ ਪਿਆ, ਜਦੋਂ ਹੁਣ ਤਾਂ ਕਾਕਾ ਕੋਈ ਜਾਣ ਪਛਾਣ ਦਾ ਮੁਤਾਜ ਨਹੀਂ, ਪਰ ਪਿੰਡ ਜਾਂ ਪਿਓ ਬਾਪੂ ਨੇ ਜਾਂ ਕੋਈ ਹੋਰ ਨਾਮ ਰੱਖਿਆ ਅਤੇ ਕਾਕੇ ਨੇ ਆਪ ਚੂਜ਼ ਕੀਤਾ ਹੋਵੇ? ਨਹੀਂ, ਨਾਂ ਇਹਦਾ ਰਵਿੰਦਰ ਹੈ। ਅੱਛਾ। ਮੈਂ ਰਵਿੰਦਰ ਸਕੂਲ 'ਚ ਲਿਖਾ ਤਿਆ, ਕਿਸੇ ਨੇ ਕਿਹਾ ਹੈ ਨਹੀਂ। ਅੱਛਾ, ਕਿਹਾ ਕਿਸੇ ਨੇ? ਕਿਹਾ ਕਿਸੇ ਨੇ ਵੀ ਨਹੀਂ, ਸਕੂਲ 'ਚ ਵੀ ਨਹੀਂ ਕਿਹਾ। ਅੱਛਾ। ਅਸੀਂ ਵੀ ਨਹੀਂ ਕਿਹਾ, ਅਤੇ ਕਾਲਜ ਗਿਆ, ਕਾਲਜ ਵੀ ਕਾਕਾ ਹੀ, ਉੱਥੇ ਵੀ ਮਤਲਬ ਲਿਖਾ ਦਿਆ, ਅਲ ਬਣ ਗਈ ਨਾ ਜਿਵੇਂ ਮਤਲਬ ਕਾਕੇ 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 ਪਿੰਡ 'ਚ। ਅੱਛਾ। ਉਹ ਬੜੇ ਸਕੂਲ 'ਚ ਗਿਆ, ਉੱਥੇ ਵੀ ਕਾਕਾ ਹੀ, ਜਿਵੇਂ ਪਿੰਡਾਂ 'ਚ ਦੋ ਨਾਂ ਹੁੰਦੇ ਨੇ ਉਹ ਕਾਕਾ ਕਹਿਣ ਲੱਗ ਗਏ ਤਾਂ ਉਹ ਕਾਕਾ ਹੀ ਨਾਂ ਪੈ ਗਿਆ। ਹਾਂ, ਬਾਜੇ ਟਾਈਮ ਹੁਣ ਸਾਨੂੰ ਕੋਈ ਪੁੱਛ ਲੈਂਦਾ ਜਦ ਇਹਦੇ ਕੋਈ ਕਲਾਸ ਵਾਲਾ ਵੀ ਰਵਿੰਦਰ ਕਿੱਥੇ ਹੈ, ਅਸੀਂ ਐਂ ਦੇਖਦੇ ਆਲੇ ਦੁਆਲੇ ਨੂੰ, ਸਾਨੂੰ ਬਾਪੂ ਕਹਿੰਦਾ ਰਵਿੰਦਰ ਕਿਹੜਾ, ਕਦੇ ਕਿਹਾ ਹੀ ਨਹੀਂ ਨਾ। ਜਿਵੇਂ ਘਰੇ ਘਰੇ ਕੋਈ ਆ ਜਾਏ ਤਾਂ ਜਿਵੇਂ ਮਾਤਾ ਨੂੰ ਕਹਿਣ ਰਵਿੰਦਰ, ਉਹ ਕਹਿੰਦੇ ਸਾਡੇ ਘਰ ਤੋਂ ਗੁਰਮਿੰਦਰ ਹੀ। ਇਸ ਤਰ੍ਹਾਂ ਹੋ ਜਾਂਦਾ ਉਹ ਜ਼ਬਾਨ 'ਚ, ਮਤਲਬ ਇਹ ਕਾਕਾ ਹੀ ਨਿਕਲਦਾ, ਕਾਕਾ ਹੀ ਨਿਕਲਦਾ, ਕਾਕਾ ਹੀ ਕਾਕਾ, ਬਸ ਕਾਕਾ। ਪਰ ਅੱਜ ਕੱਲ੍ਹ ਕਾਕੇ ਨੇ ਕਾਕਾ ਕਾਕਾ ਕਰਾਤੀ, ਇੱਕ ਅਸੀਂ ਸੁਣਿਆ ਕਿ ਗਰੀਬ ਪਰਿਵਾਰ ਦੇ ਵਿੱਚੋਂ ਕਾਕੇ ਨੇ ਮਿਹਨਤ ਕੀਤੀ, ਕਹਿੰਦੇ ਨੇ ਉਸ ਸਮੇਂ ਪੜ੍ਹਾਈ ਵਾਸਤੇ ਵੀ ਕਹਿੰਦੇ ਬਹੁਤ ਆਪ ਖੁਦ ਬਹੁਤ ਮਿਹਨਤ ਕੀਤੀ। ਹਾਂਜੀ, ਮਿਹਨਤ ਦੋਨੇ ਭਾਈਆਂ ਨੇ ਇਹਨੇ ਕਰੀ ਹੈ ਪੜ੍ਹਾਈ ਨੂੰ। ਅਤੇ ਇਹ ਜਿਹੜੀ ਲਾਈਨ 'ਚ ਬਣ ਗਿਆ ਇਹ ਤਾਂ ਸਾਨੂੰ ਨਹੀਂ ਪਤਾ ਲੱਗਿਆ ਤਾਂ ਅਸਲੀਅਤ ਵਿੱਚ ਇਹਦਾ। ਜਿਵੇਂ ਕਾਲਜ ਵਿੱਚ ਤਾਂ ਭੰਗੜੇ ਭੰਗੂੜੇ ਮਤਲਬ ਲੈਂਦਾ ਸੀ ਇਹ, ਆਪਣਾ ਭੰਗੜੇ ਭੰਗੂੜੇ ਪਾਉਂਦਾ ਸੀਗਾ, ਅਤੇ ਬੀ ਟੈਕ ਕੀਤੀ ਇਹਨੇ ਜੀ। ਬਾਬਾ ਬੰਦਾ ਬਹਾਦਰ ਜੀ ਨੇ ਡਿਪਲੋਮਾ ਕਰਿਆ, ਅਕਾਊਂਟੀਨੇਟ 'ਚ ਡਿਗਰੀ ਕਰੀ ਹੈ ਜੀ। ਫਿਰ ਨੌਕਰੀ ਨਹੀਂ ਮਿਲੀ ਸਾਨੂੰ, ਮਤਲਬ ਚਾਹੇ ਗੰਜਾਇਸ ਘੱਟ ਕਹਿ ਲਓ ਜੀ, ਅਤੇ ਨਕਸ਼ੇ ਵਾਲੇ ਮੈਂ ਲਾ ਤਿਆ, ਲਾਏ ਉੱਥੇ ਵੀ 2 ਸਾਲ ਨੇ ਜੀ।
ਜਾਂ ਫਿਰ ਆ ਲੋਕਡਾਊਨ 'ਚ ਹੋ ਗਿਆ ਬਸ ਫਿਰ ਤਾਂ ਪੱਕਾ ਹੀ ਬਹਿ ਗਿਆ ਇੱਧਰ ਨੂੰ ਇਹ। ਅੱਛਾ ਲੋਕਡਾਊਨ ਦੇ ਵਿੱਚ ਮਤਲਬ ਪਹਿਲਾਂ ਗਾਣਾ ਕੱਢਿਆ ਅਤੇ ਕਹਿੰਦੇ ਨੇ ਫਿਰ ਇਸ ਪਾਸੇ ਮਤਲਬ ਚੱਲ ਗਏ। ਹਾਂ ਮੈਨੂੰ ਇਹਦੀ ਮਾਂ ਕਹਿ ਰਹੀ ਵੀ ਪੈਸੇ ਗਾਉਣਾ ਕਰਾਉਣਾ ਪੈਸੇ ਪੂਸੇ ਪੁੱਛ ਲਾ ਕਿੱਧਰ ਦੇ ਲਿਆ ਦੇ। ਅੱਛਾ ਜੀ। ਮੈਂ ਕਿਤੇ ਲੋਕਡਾਊਨ ਲੱਗਿਆ ਕੰਮ ਬੰਦ ਹੋ ਗਿਆ ਜੀ। ਅਤੇ ਦੂਜੀ ਗੱਲ ਮੈਂ ਆਪ ਖੜ ਗਿਆ ਸਰੀਰ ਤੋਂ। ਓਕੇ। ਵੀ ਪੈਸੇ ਹੁਣ ਲਿਆਈਏ ਕਿੱਥੋਂ ਵੀ ਨਾਲੇ ਬਹੁਤ ਨੇ ਦੇਖ ਲਏ ਖਰਾਬ ਕਰਕੇ ਖਰਾਬ ਹੀ ਹੁੰਦੇ ਆ ਕੋਈ ਚੱਲਿਆ ਨਹੀਂ। ਚਲੋ ਇਹਨੇ ਖਬ ਨਹੀਂ ਕਿੱਥੋਂ ਮੜੇ ਆਪੇ ਮੁੰਡੇ ਮੰਡਾਂ 'ਚੋਂ ਫੜ ਲਏ। ਮਤਲਬ ਗਰੀਬ ਹੋਣ ਕਰਕੇ ਬੰਦੇ ਨੂੰ ਇੱਕ ਹੁੰਦਾ ਵੀ ਕਿਤੇ ਜਿਹੜੀ ਆਪਣੀ ਮਜ਼ਦੂਰੀ ਦੀ ਜਿਹੜੀ ਇਹ ਕਮਾਈ ਹੈਗੀ ਮਿਹਨਤ ਦੀ ਕਿਤੇ ਉਹ ਵੀ ਨਾ ਖਤਮ ਹੋ ਜਾਵੇ, ਉਹ ਖਰਾਬ ਨਾ ਹੋ ਜਾਵੇ। ਪਹਿਲਾਂ ਹੀ ਟਾਈਟ ਹੋਏ ਪਏ ਹੈ, ਟਾਈਟ ਹੋ ਗਿਆ ਨਾ। ਹਾਂ ਕਿਉਂਕਿ ਕਿਤੇ ਮੇਰਾ ਸਰੀਰ ਖੜ ਗਿਆ ਤਾ, ਦੂਆ ਮੁੰਡਾ ਉਹ ਵੀ ਮਤਲਬ ਬਿਮਾਰ ਹੋ ਗਿਆ। ਤੁਸੀਂ ਕਾਹਦਾ ਕੰਮ ਕਰਦੇ ਸੀ ਸ਼ੁਰੂ ਤੋਂ ਲੈ ਕੇ? ਮੈਂ ਰਾਜ ਮਿਸਤਰੀ ਦਾ ਕੰਮ ਕਰਦਾ। ਅੱਛਾ ਅੱਛਾ। ਹਾਂ ਜੀ। ਅਤੇ ਕਾਕੇ ਨੇ ਵੀ ਕਦੇ ਹੱਥ ਵਟਾਇਆ ਸੀ ਨਾਲ ਕਿ ਕਦੇ ਤੁਸੀਂ ਉਹਨੂੰ ਕਿਹਾ ਨਹੀਂ ਸੀ ਪਹਿਲਾਂ ਕਦੇ? ਨਹੀਂ, ਕਿਤੇ ਮਾੜਾ ਮੋਟਾ ਸਾਲ 'ਚ ਕਿਤੇ ਘੰਟਾ ਕਿਤੇ ਛੋਟੀ ਸਿਲਾਈ ਪਾਉਣੀ, ਮਾੜਾ ਮੋਟਾ ਕੋਈ ਬੰਦਾ ਨਹੀਂ ਹੈ ਜੀ। ਉੱਕਣ ਇਹਨਾਂ ਨੇ ਲਵਾਇਆ ਕਿਤੇ 10 ਮਿੰਟ ਜਾਂ ਘੰਟਾ ਕਹਿ ਲਓ, ਅੱਧਾ ਘੰਟਾ ਇੱਕਣ ਲਵਾਏ ਹਨ ਮੇਰੇ ਨਾਲ 2-4 ਗੇਲਾਂ ਬਸ। ਅੱਛਾ ਬਸ। ਅਤੇ ਸ਼ੈਤਾਨੀ ਨਾਲ ਨਿਕਲ ਜਾਂਦੇ ਜਿਵੇਂ? ਨਹੀਂ ਨਹੀਂ, ਕੰਮ ਇੰਨਾ ਕੁ ਹੁੰਦਾ ਸੀ। ਅੱਛਾ, ਕੰਮ ਵੀ ਚੱਲ ਬੰਦਾ ਹੈ ਨਹੀਂ ਘੱਟ ਆ ਕੋਈ, ਜਿੱਕਣ ਹੁਣ ਵਾਢੀ ਦਾ ਟਾਈਮ ਆ ਗਿਆ, ਛੋਟੀ ਮੋਟੀ ਸਿਲਾਈ ਪਾਉਣੀ ਹੈ। ਬੜਾ ਲੈਂਟਰ ਤਾਂ ਕੋਈ ਪਾ ਨਹੀਂ ਸਕਦਾ, ਉਹ ਤਾਂ ਲੇਬਰ ਪਾਉਂਦੀ ਹੈ ਜੀ ਜੀ। ਜਿਵੇਂ ਛੋਟੀ ਮੋਟੀ ਸਿਲਾਈ ਪਾਉਣੀ ਹੈ ਵੀ ਕਿਤੇ ਘੰਟਾ ਲਵਾ ਦਿਓ ਜੀ ਜੀ। ਬਸ ਜਿੰਨੇ ਤੱਕ ਇਹ ਪੜ੍ਹੇ ਆ ਨਾ, 2-4 ਗੇਲਾਂ ਇਹਨਾਂ ਨੇ ਮੇਰੇ ਨਾਲ ਕਰਾਇਆ ਹੋਣਾ ਇੱਕ ਨਾ। ਕਾਕਾ ਜ਼ਿੰਦਗੀ 'ਚ ਸ਼ਰਾਰਤੀ ਕਿੰਨਾ ਕੁ ਸੀ ਇਹ ਪਿੰਡ ਦੇ ਵਿੱਚ, ਕਿੰਨਾ ਕੁ ਕਿ ਨਹੀਂ ਜ਼ਿਆਦਾ ਮਤਲਬ ਪਿੰਡ 'ਚ ਜਿਵੇਂ ਬੱਚੇ ਆਮ ਖੇਡਦੇ ਨੇ ਛੋਟੇ ਹੁੰਦੇ ਆ ਜਾਂ ਸ਼ਰਾਰਤਾਂ ਕਰਦੇ ਨੇ? ਖੇਡ ਨੂੰ ਤਾਂ ਬਹੁਤ ਹੀ ਵਧੀਆ ਇਹ। ਅੱਛਾ ਜੀ। ਜਿਮ ਖੇਡ ਵੀ ਕਰਨੀ ਹੈ, ਕੁਸ਼ਤੀ ਕਰਨੀ ਹੈ, ਕਬੱਡੀ ਕਰਨੀ ਹੈ, ਜਿਮ ਵੀ ਕਰਦੇ ਇਹ। ਸ਼ਰਾਰਤ ਵੈਸੇ ਕੋਈ ਅਲੰਬਾ ਨਹੀਂ ਕਰਾਇਆ ਇਹਨਾਂ ਦਾ ਦੋਨਾਂ ਦਾ। ਅੱਛਾ ਜੀ। ਹਾਂ ਜੀ। ਸ਼ੁਰੂ ਤੋਂ ਮਤਲਬ ਸ਼ੁਰੂ ਤੋਂ ਤੁਹਾਨੂੰ ਸੀ ਵੀ ਇਹ ਗਾਇਕੀ ਲਾਈਨ ਦਾ ਸ਼ੌਂਕ ਹੈਗਾ ਕਿ ਮਤਲਬ ਤੁਹਾਨੂੰ ਨਹੀਂ ਜ਼ਿਆਦਾ ਪਤਾ ਸੀ? ਨਹੀਂ, ਅਥਲੀਟ 'ਚ ਮੰਨਤ ਨਾ ਜਾਂ ਲੋਕ ਵਧਾਈਆਂ ਲੱਗ ਕੇ ਹਨ। ਅੱਛਾ। ਫਿਰ ਪਤਾ ਲੱਗਿਆ ਮੈਨੂੰ। ਤੁਹਾਨੂੰ ਜ਼ਿਆਦਾ ਨਹੀਂ ਪਤਾ ਸੀ? ਨਹੀਂ। ਅਤੇ ਘਰ ਗਾਉਂਦਾ ਗੁੰਦਾ ਸੀ ਜਾਂ ਕੋਈ ਘਰ ਜਿਵੇਂ ਆਪਣੇ ਗਿਟਾਰ ਗਟੂਰ ਹੁੰਦੀ ਜਿਵੇਂ ਗਿਟਾਰ ਦਾ ਪਿਆਰ ਸੀ ਉਹ ਚੀਜ਼ਾਂ ਦਾ ਜਿਵੇਂ ਪਤਾ ਕੁਛ ਹੋਣਾ ਹੀ ਚਾਹੀਦਾ? ਜਿਵੇਂ ਇਹਦਾ ਕੰਮ ਬੰਦ ਹੋ ਗਿਆ ਨਾ, ਸਾਰੇ ਕੰਮ ਬੰਦ ਹੋ ਗਏ ਲੋਕਡਾਊਨ 'ਚ ਜੀ ਜੀ। ਫਿਰ ਇਹ ਹਾਰਮੋਨੀ ਲਿਆਇਆ ਖਬਰ ਨਹੀਂ ਕਿੱਥੋਂ ਲਿਆਇਆ ਜੀ, ਉੱਤੇ ਬਹਿ ਗਿਆ ਚਬਾਰੇ 'ਚ ਜੀ। ਉਹ ਬਿਰਲਾ ਨੂੰ ਵੀ ਚੀਪੀਆਂ ਲਾਤੀਆਂ ਆਵਾਜ਼ ਬਾਹਰ ਨਾ ਜਾਵੇ। ਅੱਛਾ। ਕਈ ਵਾਰ ਮਜ਼ਾਕ ਬਣਾ ਲੈਂਦੇ ਨੇ। ਹਾਂ, ਬਹੁਤ ਜਿੱਦ ਜੀ ਕਰਕੇ ਬਹਿ ਗਿਆ ਇਹ। ਰੋਟੀ ਨੇ ਵੀ ਮਸੋਂ ਬੁਲਾਉਣਾ ਹੇਠਾਂ ਚਾਹ ਨੂੰ ਬਾਈ। 2-3 ਮਹੀਨੇ ਨੇ ਇਹੋ ਜਿਹੇ ਲਾਏ ਆ ਉਹ। ਅੱਛਾ। ਬਸ ਉਹਦੇ ਬਾਅਦ ਰਗਾਉਣਾ ਕਰਾ ਕੇ ਸਮਝਦਾ, ਫਿਰ ਲੋਕਾਂ 'ਤੇ ਵਧਾਈਆਂ ਹੋ ਗਈਆਂ, ਵਧਾਈਆਂ ਹੋ ਗਈਆਂ। ਮਤਲਬ 2 ਮਹੀਨਿਆਂ ਦੇ ਵਿੱਚ ਜਿਹੀ ਮਿਹਨਤ ਕੀਤੀ ਅਤੇ ਕਾਕਾ ਪੂਰੇ ਦੇਸ਼ 'ਚ ਛਾ ਗਿਆ। ਹਾਂ, ਜਦੋਂ ਜਿਵੇਂ ਭੰਗੜੇ 'ਚ ਹਿੱਸਾ ਲੈਂਦਾ ਹੈ, ਇੱਕ ਮਾੜਾ ਮੋਟਾ ਪਹਿਲਾਂ ਕਰਦਾ ਤਾ, ਅਤੇ ਜਿਵੇਂ ਪੂਰਾ ਹੱਟ ਕਰਕੇ ਬਹਿ ਜਾਣਾ ਆਪਣਾ, ਉਹ ਇਹ 2-3 ਮਹੀਨੇ 'ਚ ਇਹਨੇ ਕਰਿਆ। ਤੁਹਾਡੇ ਬੱਚੇ ਕਿੰਨੇ? ਮਤਲਬ ਦੋਨੇ ਬੇਟੇ? ਹਾਂ, ਦੋਨੇ। ਅਤੇ ਦੋਨਾਂ ਬੇਟਿਆਂ ਨੂੰ ਪੜ੍ਹਾਉਣ ਦੇ ਲਈ ਕਿਤਾਬਾਂ ਕਿਤੂਬਾਂ ਜਿਵੇਂ ਜਿਸ ਹੁਣ ਇਹ ਜਿਹੜੀ ਸੋਚ ਕਿਵੇਂ ਬਣੀ ਕਾਕੇ ਦੀ, ਮੈਂ ਲਾਇਬ੍ਰੇਰੀ ਬਣਾਉਣੀ ਹੈ? ਇਹ ਤਾਂ ਜੀ ਪੜ੍ਹਾਈ ਨੂੰ ਤਾਂ ਪਹਿਲਾਂ 'ਤੇ ਹੀ ਹੈ, ਸ਼ੁਰੂ ਤੋਂ ਹੀ ਦੋਨੇ ਜੀ। ਹੋਰ ਨੂੰ ਵੀ ਲਾਉਣੇ ਨਾਲ, ਇਹ ਸਟਾਫ ਵੀ ਇਹਦੀ ਸਿਫਤ ਕਰਦਾ ਜਿਹੜਾ ਸਕੂਲ ਵਾਲਾ ਸਟਾਫ ਸੀ ਵੀ ਇਹਨਾਂ ਨੂੰ ਕਹਿੰਦਾ ਛੱਡਣ ਨੂੰ ਜੀ ਨਹੀਂ ਕਰਦਾ ਹੈ, ਸਮਕਾ ਸਹਾਰਾ ਲਾਉਂਦੇ ਸਾਨੂੰ ਜੀ। ਪਰ ਇੱਥੇ ਸਬਜੈਕਟ ਨਹੀਂ ਹੈ ਤਾਂ ਕਰਕੇ ਇੱਥੇ ਨਾ ਰਹਿਣ ਦੇ, ਹੋਰ ਪਾਸੇ ਲਾਇਆ ਇਹਨੂੰ ਜੀ ਜੀ। ਤਾਂ ਫਿਰ ਇਹਨੂੰ ਇੱਥੇ ਮੈਂ ਬੰਦਾ ਬਹਾਦਰ ਲਾ ਦਿੰਦਾ ਸੀ, ਕਾਕੇ ਨੂੰ ਦੂਜੇ ਨੂੰ ਅਸ਼ੋਕਾ 'ਚ ਲਾ ਦਿੰਦਾ ਸਰੰਦ। ਅਤੇ ਪੜ੍ਹਾਈ ਨੂੰ ਸ਼ੁਰੂ ਤੋਂ ਹੀ ਮਤਲਬ ਇਹ ਕਾਕੇ ਨੂੰ ਮੁਸ਼ਕਲ ਆਈ ਹੈ ਜ਼ਿੰਦਗੀ 'ਚ ਕਿਤਾਬਾਂ ਖਰੀਦਣ ਦੀ? ਸ਼ਾਇਦ ਉਹਦੇ ਦਿਮਾਗ 'ਚ ਆਏ ਵੀ ਕਿਸੇ ਗਰੀਬ ਬੱਚਾ ਅੱਜ ਪੜ੍ਹਾਈ ਤੋਂ ਨਾ ਰਹਿ ਜਾਵੇ ਕਿਤੇ। ਨਹੀਂ, ਕਿਤਾਬਾਂ ਦੀ ਪੜ੍ਹਾਈ 'ਚ ਤਾਂ ਨਹੀਂ ਮੈਂ ਇਹਨਾਂ ਨੂੰ ਆਉਣ ਦਿੱਤੀ ਦਿੱਕਤ ਕਦੇ ਵੀ, ਅਤੇ ਕੰਮ ਵੀ ਨਹੀਂ ਭੇਜੀ ਕਿਤੇ ਜੀ। ਨਹੀਂ, ਕੰਮ ਭੇਜ ਦਿੰਦੇ, ਕੋਈ ਦਿਹਾੜੀ ਜਾਂਦਾ ਕੋਈ ਕੁਛ ਕਰਦਾ, ਨਾ ਇੱਕ ਨਹੀਂ ਭੇਜੇ ਮੈਂ। ਅਤੇ ਕੱਪੜੇ 'ਤੇ ਨਹੀਂ ਔਖੀ ਆਉਣ ਦਿੱਤੀ ਹੈਗੀ, ਰੋਟੀ ਖਾਣ ਪੀਣ 'ਚ ਕੋਈ ਨਹੀਂ ਔਖੀ ਆਉਣ ਦਿੱਤੀ। ਜਦੋਂ ਜਿਵੇਂ ਉਹ ਬੜੇ ਘਰਾਂ ਦੇ ਮੁੰਡੇ ਆ, ਬੁਲਟ ਪਰ ਜਾਂਦੇ ਆ, ਉੱਧਰ ਆਦਰ ਨੂੰ ਉੱਕਣ ਵਿੱਚ ਨਹੀਂ ਹੋਇਆ ਬਿਲਕੁਲ। ਔਰ ਮੈਂ ਕਹੀ ਵੀ ਜ਼ਿਆਦਾ ਮੇਰੇ 'ਤੇ ਨਹੀਂ ਹਲੇ ਕੀਤਾ ਜਾਣਾ, ਮਤਲਬ ਮੇਰੇ ਕੋਲ ਜਿੰਨੀ ਕੁ ਸਰਦੀ ਪੁੱਜਦੀ ਮੈਂ ਤੈਨੂੰ ਉਨਾ ਕਰਾ ਸਕਦਾ। ਬਸ ਬੜੇ ਨੂੰ ਕਿਹਾ ਮੈਂ ਸਾਈਕਲ ਲੈ ਕੇ ਦਊਂਗਾ, ਜਿੰਨੀ ਵਰਾਟੀ ਮੋਟਰਸਾਈਕਲ ਮੰਗਦਾ ਤਾ ਜੀ, ਮੈਂ ਤਾਂ ਸਾਈਕਲ ਲੈ ਕੇ ਦੇ ਸਕਦਾ। ਕਾਕੇ ਨੂੰ ਕੀ ਲੈ ਕੇ ਦਿੱਤਾ ਸੀ ਫਿਰ ਜਦੋਂ ਆਪਦੇ ਪੈਸੇ? ਕਾਕੇ ਨੂੰ ਮੋਟਰਸਾਈਕਲ ਲੈ ਕੇ ਦਿਆ। ਅੱਛਾ, ਕਾਕਾ ਜ਼ਿਆਦਾ ਪਿਆਰਾ ਸੀ? ਨਹੀਂ, ਦੋਨੇ ਬਰੋਬਰ ਆ, ਪਰ ਹੁਣ ਵੀ ਦੋਨੇ ਬਰੋਬਰ ਆ, ਇਹ ਨਹੀਂ ਹੈ। ਨਹੀਂ, ਐਂ ਹੁੰਦਾ ਕਈ ਵਾਰ ਛੋਟੇ ਨਾਲ ਵੈਸੇ ਮੋਹ ਜ਼ਿਆਦਾ ਹੁੰਦਾ, ਜਿਵੇਂ ਚਲੋ। ਨਹੀਂ, ਇਸ ਤਰ੍ਹਾਂ ਜ਼ਰੂਰ ਹੁੰਦਾ ਵੀ ਜਿੱਕਣ ਹੁਣ ਉਹ ਦੂਰ ਹੈ ਫਿਰਦਾ, ਘਰ ਨਹੀਂ ਆਉਂਦਾ ਜੀ ਜੀ, ਉਹ ਮੇਰੇ ਨਾਲੋਂ ਜ਼ਿਆਦਾ ਇਹਦੀ ਮਾਂ ਜ਼ਿਆਦਾ ਕਰਦੀ, ਉਹ ਘਰਾਂ ਗੇੜਾ ਨਹੀਂ ਆਉਂਦਾ, ਮਿਲਣ ਨਹੀਂ ਆਉਂਦਾ ਹੈਗਾ। ਜਿੱਕਣ 5-4 ਮਹੀਨੇ ਹੋ ਗਏ ਉਹਨੂੰ ਆਇਆ ਹੈ ਨਹੀਂ, ਬਾਹਰ ਕੰਮ ਹੀ ਨਹੀਂ ਮੁੱਕੇ ਪਾ। ਜਦੋਂ ਕਾਕੇ ਦਾ ਨਾਮ ਚਮਕਿਆ ਤੁਹਾਨੂੰ ਇੱਕਦਮ ਪਤਾ ਲੱਗਿਆ, ਅਤੇ ਬੰਦੇ ਨੂੰ ਇੱਕ ਵਾਰੀ ਆਪਦੇ ਆਪ 'ਚ ਉਹ ਵੀ ਹੁੰਦਾ ਕਿ ਮੇਰਾ ਪੁੱਤਰ ਇੰਨਾ ਵੱਡਾ ਸਿੰਗਰ ਬਣ ਗਿਆ, ਇੱਕ ਮਤਲਬ ਬੰਦੇ ਦੇ ਅੰਦਰ ਇਮੋਸ਼ਨ ਵੀ ਇੱਕ ਬੰਦੇ ਆ। ਨਹੀਂ, ਮੈਨੂੰ ਇੰਨਾ ਨਹੀਂ ਸਾ ਜੀ, ਮੈਂ ਤਾਂ ਸਗੋਂ ਤਕਲੀਫ ਤੀ ਉਸ
ਮੇਰੇ ਤੁਹਾਡੀ ਅੱਖਾਂ 'ਚ ਹੰਝੂ ਕਿਉਂ ਆ ਰਹੇ ਨੇ ਸੁਣ ਕੇ? ਮਤਲਬ ਉਹ ਚੀਜ਼ ਦਾ ਕਦੇ ਜ਼ਿਕਰ ਤਾਂ ਨਹੀਂ ਹੁੰਦਾ ਜਿਵੇਂ ਪਿਛਲੇ ਸਮੇਂ? ਨੋ ਨੋ ਨੋ, ਹਿੰਝੂ ਨਹੀਂ ਮੇਰੇ ਆਉਂਦੇ ਹੈ। ਅੱਛਾ ਅੱਛਾ, ਮੇਰੇ ਤਾਂ ਮੈਂ ਦੱਸਦਾ ਵੀ ਜਦ ਮੈਨੂੰ ਵਧਾਈਆਂ ਕਹਿਣ ਲੱਗਦਾ ਤਕਲੀਫ ਸੀ ਮੇਰੇ ਇੱਥੇ। ਅੱਛਾ, ਟੂਈ ਤਕਲੀਫ ਸੀ ਪੁਰਾਣੀ ਸੱਟ ਜੀ, ਅਤੇ ਉਹ ਬਹੁਤ ਨੇ ਜਦੋਂ ਕਿਹਾ ਮਹਾਂ ਚੱਲ ਕੋਈ ਨਹੀਂ ਵੀ ਬਥੇਰੇ ਦੁਨੀਆ ਗਾ ਰਹੀ ਹੈ। ਉਹ ਤਾਂ ਫਿਰ ਜਾਂ ਕੰਪਨੀ ਵਾਲੇ ਲੱਗੇ ਆਉਣ ਇੱਥੇ। ਅੱਛਾ, ਘਰੇ ਆਉਣ ਲੱਗ ਗਏ? ਘਰੇ ਆਉਣ ਲੱਗੇ, ਬਹੁਤ ਵੱਡੀਆਂ ਵੱਡੀਆਂ ਗੱਡੀਆਂ ਮਤੋਂ ਖੜਨ ਲੱਗ। ਹਾਂ, ਚਾਰ ਚਾਰ ਪੰਜ ਪੰਜ ਗੱਡੀਆਂ ਰੋਜ਼ ਮੁੜਦੀਆਂ ਹੈ ਦੂਰ ਦੂਰ ਤੋਂ। ਆਪਣਾ ਕੋਈ ਫਾਜ਼ਿਲਕਾ ਤੋਂ ਆਉਂਦਾ, ਕੋਈ ਦਿੱਲੀ ਤੋਂ ਆ ਰਿਹਾ, ਅਤੇ ਕੋਈ ਰਾਜਸਥਾਨ ਤੋਂ ਆ ਰਿਹਾ, ਇਸ ਤਰ੍ਹਾਂ ਬੰਬੇ ਤੋਂ ਵੀ ਆਏ ਲੋਕ ਦੁਨੀਆ। ਹਾਂ, ਆਖਰੀ ਵਿਸ਼ਵਾਸ ਕਦੋਂ ਹੋਇਆ ਵੀ ਵਾਕਈ ਹੁਣ ਮਤਲਬ ਸਿਰੇ ਲੱਗ ਗਈ ਕਹਾਣੀ? ਹਾਂ, ਜਦੋਂ ਕੰਪਨੀ ਵਾਲੇ ਮੇਰੇ ਨਾਲ ਲੱਗੇ ਨਾ ਕਹਿਣ, ਫਿਰ ਮੈਨੂੰ ਹੋਇਆ ਵੀ ਇਹਦਾ ਚੜ੍ਹ ਗਿਆ ਚੰਗਾ, ਚੜ੍ਹ ਗਿਆ ਪੁੱਤਰ, ਚੜ੍ਹ ਗਿਆ ਸਮਾਨ। ਹਾਂ ਹਾਂ ਹਾਂ, ਪਹਿਲਾਂ ਨਹੀਂ, ਮੈਨੂੰ ਬਹੁਤ ਨੇ ਵਧਾਈਆਂ ਕਿਹਾ, ਮਹਾਂ ਚੱਲ ਬਥੇਰੀ ਦੁਨੀਆ ਗਾਉਂਦੀ ਫਿਰਦੀ ਹੈ, ਇੰਨਾ ਨਹੀਂ ਤਾਂ। ਜਦੋਂ ਫਿਰ ਮੇਰੇ ਨਾਲ ਲੱਗ ਕੇ ਕਹਿਣ, ਮੈਨੂੰ ਕਹਿਣ ਸਾਡੇ ਨਾਲ ਸੌਦਾ ਕਰ, ਸਾਡੇ ਨਾਲ ਉਹ ਕਰੋ, ਮਹਾਂ ਮੈਂ ਇਹ ਕੰਮ ਦਾ ਭੇਤੀ ਨਹੀਂ, ਪਤਾ ਹੀ ਨਹੀਂ ਹੈਗਾ, ਪਤਾ ਹੀ ਨਹੀਂ ਵੀ ਕਿਹਾ ਇਹ ਸੌਦਾ ਵੀ ਹੁੰਦਾ। ਸ਼ਾਇਦ ਕਾਕੇ ਨੂੰ ਨਹੀਂ ਪਤਾ ਹੋਣਾ ਨਾ ਉਸ ਸਮੇਂ ਜਦੋਂ ਸ਼ੁਰੂਆਤੀ ਦੌਰਾਂ 'ਚ? ਨਹੀਂ ਪਤਾ ਸੀ ਉਹਨੂੰ, ਪਹਿਲਾਂ ਪੈਸਾ ਪਹਿਲੇ ਗਾਉਣ ਦਾ ਮਿਲਿਆ ਹੀ ਨਹੀਂ। ਅੱਛਾ ਅੱਛਾ, ਮਿਲਿਆ ਹੀ ਨਹੀਂ, ਬਿਲਕੁਲ ਨਹੀਂ ਮਿਲਿਆ ਉਹਨੂੰ। ਅੱਛਾ, ਪਹਿਲੇ ਗਾਣੇ ਦਾ ਪੈਸਾ ਹੀ ਨਹੀਂ ਮਿਲਿਆ? ਪੈਸਾ ਹੀ ਨਹੀਂ ਮਿਲਿਆ। ਉਹ ਆਣ ਕੇ ਮੈਨੂੰ ਦੂਈ ਕੰਪਨੀ ਵਾਲੇ ਦੱਸੇ ਵੀ ਅਸੀਂ ਖਰੀਦਿਆ, ਮੈਂ ਆਪਣੇ ਹੱਥੀਂ ਪੈਸੇ ਦੇ ਹਾਂ ਜੀ, ਹੁਣ ਅਗਲਾ 7 ਦਿਨ ਸਾਡੇ ਨਾਲ ਸੌਦਾ ਕਰੋ। ਅੱਛਾ, ਫਿਰ ਮੈਂ ਹਾਂ ਕਾਕਾ ਹੀ ਕਰੂੰਗਾ, ਤਾਂ ਮੈਨੂੰ ਤਾਂ ਪਤਾ ਨਹੀਂ ਸੌਦਾ ਹੁੰਦਾ ਹੈ ਕਿਆ। ਇਹ ਵੀ ਡਰ ਹੁੰਦਾ ਵੀ ਕਿਤੇ ਦੂਜੇ ਗਾਣੇ ਦਾ ਵੀ ਪੈਸਾ ਨਾ ਦਿਓ। ਹਾਂ, ਬਸ ਫਿਰ ਉਹ ਇਹਨਾਂ ਨੇ ਪਤਾ ਨਹੀਂ ਕਿੰਨੇ 'ਚ ਕਰਿਆ, ਰੇਟ ਕਰਿਆ ਇਹਨਾਂ ਨੇ, ਪੈਸੇ ਲਏ। ਹਾਂ, ਅਤੇ ਕਾਕਾ ਗਾਣੇ ਲਿਖਦਾ ਵੀ ਖੁਦ ਹੈ? ਲਿਖਦਾ ਵੀ ਖੁਦ ਹੈ। ਅੱਛਾ, ਘਰ ਬੈਠ ਕੇ ਗਾਣੇ ਵੀ ਲਿਖਦਾ ਰਹਿੰਦਾ ਸੀ? ਹਾਂ, ਗਾਣੇ ਵੀ ਬਥੇਰੇ ਲਿਖਤੇ ਹੋਣੇ ਗਾਉਣੇ ਗਾਉਣੇ ਤਾਂ ਜਦ ਮੈਂ ਦੱਸ ਰਿਹਾ ਨਾ ਵੀ ਇਹ ਜਦ ਕਾਲਜ ਵਿੱਚ ਤਾਂ ਹੁਣ ਪਤਾ ਲੱਗ ਰਿਹਾ ਵੀ ਜ਼ਿਆਦਾ ਲਿਖ ਰਿਹਾ ਹੈ। ਅੱਛਾ, ਜ਼ਿਆਦਾ ਲਿਖੀ ਜਾਂਦਾ, ਜ਼ਿਆਦਾ ਲਿਖ, ਪਤਾ ਮੈਂ ਸਾਨੂੰ ਹੁਣ ਲੱਗ ਰਿਹਾ। ਅੱਛਾ, ਹਾਂ ਨਹੀਂ ਹੁਣ ਫਿਰ ਕਾਕੇ ਨਾਲ ਮੇਲ ਵੀ ਘੱਟ ਹੁੰਦੇ ਹੋਣੇ ਨਾ, ਹੁਣ ਤਾਂ ਲੱਗਦਾ ਜਿਵੇਂ ਜਿਵੇਂ ਕਹਿੰਦੇ ਨੇ ਰੁਝੇਵਿਆਂ 'ਚ ਰੁੱਝ ਗਿਆ ਕਾਕਾ ਵੀ। ਉਰੇ 4-5 ਮਹੀਨੇ ਹੋ ਗਏ ਆਏ ਨੂੰ, ਆਇਆ ਇੱਥੇ ਮਤਲਬ ਦੁਨੀਆ ਦਾ ਇਕੱਠ ਹੋ ਗਿਆ ਬਹੁਤ। ਅੱਛਾ, ਮੇਰੇ ਤਾਂ ਮੈਂ ਤਾਂ ਗੋਡੀ ਨੂੰ ਹੱਥ ਲਾਇਆ ਬਸ ਲੰਘ ਗਿਆ। ਬਸ ਚੱਲ, ਬਾਪੂ ਦਾ ਪਿਆਰ ਹੀ ਬਹੁਤ ਹੁੰਦਾ। ਹਾਂ, ਬਸ ਹੁਣ ਅਗਲੇ ਨੇ ਫੋਟੋ ਕਰਾਉਣੇ ਚਾਏ ਦੁਨੀਆ ਨੂੰ। ਬਿਲਕੁਲ ਬਿਲਕੁਲ, ਬੜਾ ਨਾਲ ਦੇ ਪਿੰਡਾਂ ਦੇ ਮੁੰਡੇ ਹੋਰ, ਮਤਲਬ ਪਿੰਡ ਵਾਲੇ ਪੂਰਾ ਮਾਣ ਕਰਦੇ ਨੇ ਵੀ ਕਾਕਾ ਸਾਡਾ ਪਿੰਡ ਦੇ ਨਾਮ ਚਮਕਾਇਆ। ਹਾਂ ਹਾਂ, ਨਾਲ ਦੇ ਪਿੰਡਾਂ ਦੇ ਵੀ, ਪਿੰਡ ਦੇ ਕਰਨੀ ਹੈ ਇਹ, ਹੋਰ ਪਿੰਡਾਂ ਦੇ ਵੀ। ਅੱਛਾ, ਹਾਂਜੀ, ਅਤੇ ਹੁਣ ਕੀ ਜਿਹੜੀ ਇਹ ਕਿਤਾਬਾਂ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਾਕੇ ਦੀ? ਅੱਜ ਵੱਡੇ ਵੱਡੇ ਜਿਹੜਾ ਸਿੰਗਰਾਂ ਦੇ ਵਿੱਚ ਨਾਮ ਹੈਗਾ, ਅਤੇ ਹੋਰ ਤੁਸੀਂ ਮੁੰਡਿਆਂ ਨੂੰ ਵੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਬਸ ਅਸੀਂ ਤਾਂ ਇਹੀ ਕਹਿੰਦੇ ਵੀ ਆ ਕੇ ਪੜ੍ਹਨਾ ਇੱਥੇ। ਜੀ ਜੀ, ਹਾਂ, ਵਧੀਆ ਗੱਲ ਹੈ, ਕਿਤਾਬਾਂ 'ਚੋਂ ਮਿਲਦਾ ਹੀ ਹੈ ਕੁਛ ਨਾ ਕੁਛ। ਅਤੇ ਕਾਕੇ ਨੂੰ ਹਜੇ ਮੈਂ ਕਿਹਾ ਸੀ ਵੀ ਇਹ ਸਾਹਿਤ ਨਾ ਕੋਈ ਪੜ੍ਹੇ ਇੱਥੇ ਆ ਕੇ। ਜੀ ਜੀ, ਕਹਿੰਦਾ ਵੀ ਪੜ੍ਹਨਗੇ, ਉਮੀਦ ਹੈ ਮੈਨੂੰ। ਦੂਜੀ ਗੱਲ ਵੀ ਕਹਿੰਦਾ ਪੜ੍ਹਨ ਨਾ, ਮੈਂ ਤਾਂ ਕਹਿੰਦਾ ਮੇਰੇ ਮਨ 'ਚ ਬਣਾਉਣਾ ਮੈਂ। ਅੱਛਾ, ਮਹਾਂ ਜੇ ਮਨ 'ਚ ਫਿਰ ਬਣਾ ਦੇ ਬਾਈ। ਤਾਂ ਜਿਹੜੀਆਂ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਬੜਾ ਪੁਰਾਣੇ ਇਤਿਹਾਸਿਕ ਕਿਤਾਬਾਂ ਜਿਹੜੀਆਂ ਇੱਥੇ ਲਿਆਂਦੀਆਂ ਗਈਆਂ ਨੇ, ਕਾਕੇ ਨੇ ਲੱਭੀਆਂ ਕਿੱਥੋਂ ਨੇ? ਸਾਨੂੰ ਤਾਂ ਪਤਾ ਨਹੀਂ ਜੀ, ਸਾਨੂੰ ਤਾਂ ਜਿਹੜੀ ਪਤਾ ਲੱਗਦਾ ਟੈਂਪੂ ਆ ਕੇ ਖੜ੍ਹ ਜਾਂਦਾ ਕਿਤਾਬਾਂ ਦਾ, ਗੱਡੀ ਆ ਕੇ ਖੜ੍ਹ ਜਾਂਦੀ ਕਦੇ ਗੱਡੀ 'ਚ ਕਦੇ ਟੈਂਪੂ 'ਚ। ਹੋਰ ਕੀ, ਅਸੀਂ ਦੇਖਿਆ ਜਿਵੇਂ ਆਪ ਬੀਤੀਆਂ, ਗਰੀਬ ਦੀ ਦੁਨੀਆ, ਲਵ ਮੈਰਿਜ, ਧੁਨੀ ਦੇ ਅੱਗ, ਬਹੁਤ ਪੁਰਾਣੇ ਇਤਿਹਾਸਕਾਰ ਅਸੀਂ ਆਦਮਖੋਰ ਉੱਪਰ ਇੱਥੇ ਖੇੜੇ ਦੁੱਖ ਵਿਹੜੇ ਸੁੱਖ ਤੂਫਾਨ ਤੋਂ ਪਹਿਲਾਂ, ਤਾਂ ਅਜਿਹੀਆਂ ਕਿਤਾਬਾਂ ਜਿਹੜੀਆਂ ਇੱਥੇ ਤੁਹਾਨੂੰ ਕਾਕੇ ਦੀ ਲਾਇਬ੍ਰੇਰੀ 'ਚ ਮਿਲਣਗੀਆਂ। ਉਹਨਾਂ ਦੇ ਪਿਤਾ ਜੀ ਦੱਸ ਰਹੇ ਨੇ ਕਿ ਜਦੋਂ ਉਸ ਸਮੇਂ ਪਤਾ ਲੱਗਦਾ ਜਦੋਂ ਇੱਥੇ ਕਿਤਾਬਾਂ ਦਾ ਟੈਂਪੂ ਆ ਕੇ ਖੜ੍ਹ ਜਾਂਦਾ, ਲਾਲ ਮੱਕੀ, ਚਿੱਠੀਆਂ ਦੀ ਸਿਰਫ ਨਵੀਆਂ ਤਕਦੀਰਾਂ, ਤਾਂ ਅਜਿਹੀਆਂ ਕਿਤਾਬਾਂ ਅੱਖੀਆਂ 'ਚ ਵਸਦਾ ਤੂੰ, ਮਤਲਬ ਇੱਕ ਮਿਲਦਾ ਸ਼ਾਇਦ ਕਾਕੇ ਨੇ ਆਪਦੀ ਜ਼ਿੰਦਗੀ ਦੀਆਂ ਵੀ ਕਿਤਾਬਾਂ ਸ਼ਾਇਦ ਇੱਥੇ ਰੱਖੀਆਂ ਨੇ ਜਿਹੜੀਆਂ ਖੁਦ ਪੜ੍ਹਦੇ ਸੀ, ਉਸ ਹਿਸਾਬ ਨਾਲ ਜਿਹੜਾ ਸਾਰਾ ਇਤਿਹਾਸ ਰੱਖਿਆ ਨਾ। ਹਾਂ ਹਾਂ, ਅਤੇ ਇੱਕ ਸਾਈਡ ਹੈਗੀ ਹੈ ਤਾਂ ਦੂਸਰੇ ਪਾਸੇ ਵੀ ਦਿਖਾਉਂਦੇ ਹਾਂ ਜਿਹੜੀਆਂ ਕਿਤਾਬਾਂ ਸਾਰੀਆਂ ਇੱਥੇ ਰੱਖੀਆਂ ਗਈਆਂ ਨੇ, ਰਜਿੰਦਰ ਸਿੰਘ ਬੇਦੀ, ਬਲਦੇਵ ਸਿੰਘ, ਤਾਂ ਅਲੱਗ ਅਲੱਗ ਜਿਹੜੇ ਇਤਿਹਾਸਕਾਰ ਹੈਗੇ ਨੇ ਪੰਜਾਬੀ, ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ ਨੂੰ ਬਹੁਤ ਨੇੜਿਓਂ ਹੋ ਕੇ ਜਾਂ ਗਾਇਕੀ ਦੀ ਜਿਹੜੀਆਂ ਕਿਤਾਬਾਂ ਹੈਗੀਆਂ ਨੇ ਉਹ ਸਾਰੀਆਂ ਇੱਥੇ ਰੱਖੀਆਂ ਹੋਈਆਂ ਨੇ, ਤਾਂ ਅਸੀਂ ਵੀ ਜਿਹੜੇ ਲੋਕ ਹੈਗੇ ਨੇ ਇੱਥੇ ਨੇੜੇ ਰਹਿੰਦੇ ਜਾਂ ਦੂਰ ਦੁਰਾਡੇ ਹੈਗੇ ਨੇ, ਤਾਂ ਉਹਨਾਂ ਦੇ ਪਿਤਾ ਦੇ ਵੱਲੋਂ ਅਪੀਲ ਹੈਗੀ ਅਤੇ ਇੱਥੇ ਆ ਕੇ ਆਪਦਾ ਪੜ੍ਹੋ ਅਤੇ ਪੰਜਾਬ ਦੇ ਇਤਿਹਾਸ ਨੂੰ ਜਿਹੜਾ ਇੱਕ ਬਹੁਤ ਵੱਡਾ ਇਤਿਹਾਸ ਹੈਗਾ ਇਸ ਨੂੰ ਹੋਰ ਅੱਗੇ ਲੈ ਕੇ ਜਾਓ, ਅਹਿੰਸਾ ਦੀ ਫੇਰੀ। ਬਿਲਕੁਲ, ਜੋ ਕਿਤਾਬਾਂ ਇੱਥੇ ਰੱਖੀਆਂ ਗਈਆਂ ਨੇ ਸਾਰੀਆਂ ਪੰਜਾਬ ਦੇ ਇਤਿਹਾਸ ਨਾਲ ਜੁੜੀਆਂ ਹੋਈਆਂ ਨੇ। ਲਗਭਗ ਕਿੰਨੀ ਕੁ ਗਿਣਤੀ 'ਚ ਕਿਤਾਬਾਂ ਹੋਣਗੀਆਂ ਇੱਥੇ? ਮੈਂ ਜੀ, ਮੈਂ ਤਾਂ ਗਿਣੀਆਂ ਨਹੀਂ ਹੈਗੀਆਂ, ਮੈਨੂੰ ਲੱਗਦਾ 2-3 ਹਜ਼ਾਰ ਦੀ ਗਿਣਤੀ 'ਚ ਹੋਣੀਆਂ ਨਹੀਂ ਤਾਂ। ਇਹ ਟੇਬਲ ਟੂਬਲ ਸਾਰੇ ਫਿਰ ਜਿਸ ਤਰ੍ਹਾਂ ਹਿਸਾਬ ਨਾਲ ਦੇਖ ਰਹੇ ਸਾਰੇ ਇੱਥੇ, ਮਤਲਬ ਇਹ ਵੀ ਸਾਰੇ ਉੱਥੋਂ ਬਾਹਰੋਂ ਹੀ ਬਣ ਕੇ ਆਏ ਨੇ? ਹਾਂਜੀ, ਬਾਹਰ ਤੋਂ ਹੀ ਆਏ ਆ। ਅੱਛਾ, ਤੁਹਾਡੇ ਇੱਥੋਂ ਨਹੀਂ ਬਣਿਆ ਕੁਛ ਵੀ? ਨਾ, ਬਾਹਰ ਇੱਥੋਂ ਨਹੀਂ, ਕਾਬਲ ਨਹੀਂ, ਕਿੱਥੋਂ ਲਿਆ? ਜਿਹਨੂੰ ਇਹ ਭਰਦੇ ਨੇ ਬਸ ਟਾਈਮ, ਹੁਣ ਘੱਟ ਗਏ, ਹੁਣ ਕੋਈ ਆਉਂਦਾ ਨਹੀਂ ਇੰਨਾ। ਅਤੇ ਇੱਕ ਜਿਹੜੀ ਗਿਟਾਰ ਸ਼ੇਪ, ਇਹ ਕਿਉਂ ਮਤਲਬ ਇਹ ਆਪਦੀ
ਮੈਂ ਸ਼ੌਂਕ ਹੈ ਤੈਨੂੰ ਗਿਟਾਰ ਬਣਾਉਣੀ ਕਹਿੰਦੇ ਅੱਛਾ ਗਿਟਾਰ ਬਣਾਉਣੀ ਹੈ ਗਿਟਾਰ ਬਣਾਉਣੀ ਹੈ ਅੱਛਾ ਹੋਊਗੀ ਲਾਇਬ੍ਰੇਰੀ ਕਿਤਾਬਾਂ ਹੋਣਗੀਆਂ ਵਿੱਚ ਅੱਛਾ ਇਹਨੂੰ ਰੰਗਤ ਦੇਣੀ ਗਿਟਾਰ ਦੀ ਬਿਲਕੁਲ ਫਿਰ ਕਾਕੇ ਨੇ ਵੱਡੇ ਫਿਰ ਹੁਣ ਤਾਂ ਕਾਕਾ ਵੱਡੇ ਵੱਡੇ ਹੋਟਲਾਂ 'ਚ ਤੁਹਾਨੂੰ ਵੀ ਘੁਮਾ ਕੇ ਲਿਆਇਆ ਕਿ ਨਹੀਂ ਨਹੀਂ ਅਸੀਂ ਹੋਟਲਾਂ 'ਚ ਜਾਣ ਵਾਲੇ ਬੰਦੇ ਨਹੀਂ ਹੈ ਅਸੀਂ ਤਾਂ ਘਰਾਂ ਰਹਿਣ ਵਾਲੇ ਬੰਦੇ ਹੈ ਨਾ ਸਾਡਾ ਕਿਤੇ ਵੀ ਦਿਲ ਨਹੀਂ ਕਰਦਾ ਸਾਨੂੰ ਬਾਹਰ ਕਹਿੰਦਾ ਪਾਸਪੋਰਟ ਬਣਾਓ ਇੱਕਣ ਕਰੋ ਮਹਾਂ ਮੈਂ ਜਾਣਾ ਨਹੀਂ ਕਿਤੇ ਸਾਨੂੰ ਇੱਥੇ ਚੰਗਾ ਲੱਗਦਾ ਹੈ ਅੱਛਾ ਉਹੀ ਪੁਰਾਣੇ ਘਰ ਜਿੱਥੇ ਤੁਹਾਡੇ ਕਹਿੰਦੇ ਨੇ ਮਾਂ ਪਿਓ ਬੱਸੇ ਹੁਣ ਆਪਾਂ ਤਾਂ ਉੱਥੇ ਵਧੀਆ ਉਹੀ ਚੰਗਾ ਲੱਗਦਾ ਸਾਨੂੰ ਉਹੀ ਚੰਗਾ ਲ੗ਦਾ ਨਾ ਮੈਂ ਬਾਹਰ ਬਗਲ ਵੀ ਜਾਂਦਾ ਨਾ ਕਿਤੇ ਮੈਨੂੰ ਨੀਂਦ ਨਹੀਂ ਆਉਂਦੀ ਹੈ ਅੱਛਾ ਇੱਥੇ ਨੀਂਦ ਆਊਗੀ ਅੱਛਾ ਉਹੀ ਮਾਂ ਪਿਓ ਦੇ ਜਿਹੜੇ ਘਰ ਹੈਗੇ ਨੇ ਚਾਹੇ ਮਾਂ ਪਿਓ ਹੋਣ ਨਾ ਹੋਣ ਨੀਂਦ ਬੰਦੇ ਨੂੰ ਉੱਥੇ ਸੁੱਖ ਮਿਲਦਾ ਬਸ ਇੱਥੇ ਚੰਗਾ ਸਾਰਾ ਕੁਝ ਚੰਗਾ ਹੀ ਇੱਥੇ ਲੱਗਦਾ ਮੈਨੂੰ ਚੰਗਾ ਹੀ ਇੱਥੇ ਲੱਗਦਾ ਅਤੇ ਆਉਣ ਵਾਲਾ ਸਮਾਂ ਵੀ ਤੁਸੀਂ ਚਾਹੋਗੇ ਮੈਂ ਇੱਥੇ ਰਹੀ ਹੈ ਨਾ ਕਾਕਾ ਚਾਹੇ ਬਾਹਰ ਜਿੱਥੇ ਮਰਜ਼ੀ ਰਹੇ ਅਸੀਂ ਜਾ ਕੇ ਵੀ ਆਏ ਉੱਥੇ ਮੋਹਾਲੀ ਜਾਂ ਕਿਤੇ ਆ ਜਾਂਦਾ ਨਾ ਇੱਕ ਦੋ ਰਾਤ ਲਾ ਕੇ ਆਏ ਉਹਦੇ ਬਾਅਦ ਅੱਛਾ ਅਤੇ ਉਹਦੇ ਬਾਅਦ ਟਾਈਮ ਹੀ ਨਹੀਂ ਹੁੰਦਾ ਮਿਲਣ ਦਾ ਸਮਾਂ ਹੀ ਨਹੀਂ ਕਦੇ ਮੈਂ ਕੰਪਨੀ ਵਾਲੇ ਆ ਗਏ ਕਦੇ ਕੋਈ ਆ ਗਿਆ ਉਹਦੇ ਬਾਅਦ ਤਾਂ ਉੱਥੇ ਵੀ ਇੱਕਣੇ ਹੋਏ ਅੱਛਾ ਉਹ ਗੋਡੀਆਂ 'ਤੇ ਲਾ ਕੇ ਲੰਘ ਗਿਆ ਆਇਆ ਇੱਕ ਦੋ ਵਜੇ ਖਬਰੀ ਪੇ ਆਇਆ ਕਿ ਉਹ ਉਹਦੇ ਬਾਅਦ ਸਵੇਰੇ ਆ ਕੇ ਫਿਰ ਗੱਡੀਆਂ ਚੱਕ ਲਈਆਂ ਮੈਨੂੰ ਸੁਣਿਆ ਕਹਿੰਦੇ ਕਾਕੇ ਨੇ ਪਹਿਲੇ ਪ੍ਰਾਈਵੇਟ ਨੌਕਰੀਆਂ ਕਹਿੰਦੇ ਚੰਡੀਗੜ੍ਹ ਕੀਤੀਆਂ ਸੀ ਕਹਿੰਦੇ ਜਦੋਂ ਕਰੋਨਾ ਹੋਇਆ ਤਾਂ ਉੱਥੋਂ ਵੀ ਕਹਿੰਦੇ ਕਈਆਂ ਜਗ੍ਹਾ ਤੋਂ ਮਨਾ ਵੀ ਕਰਤਾ ਸੀ ਨੌਕਰੀਆਂ ਤੋਂ ਕਹਿੰਦੇ ਨਹੀਂ ਨਕਸ਼ਾ ਜਿਹੜਾ ਇਹ ਬਣਾਉਂਦੇ ਆ ਨਾ ਜੀ ਜੀ ਨਕਸ਼ੇ ਲੱਗਿਆ ਤਾਂ ਬਣਾਉਣ ਇਹ ਅੱਛਾ ਪੁੱਡਾ ਵਾਲਿਆਂ 'ਚ ਪੁੱਡਾ ਭਵਨ 'ਚ ਹੋਇਆ ਜੀ ਟਿੱਲਾ ਕੰਪਨੀ ਅੱਛਾ ਅੱਛਾ ਉਹ 'ਚ ਲੱਗਿਆ ਜੀ ਇਹ ਅੱਛਾ ਅੱਛਾ ਲਾਏ ਆ 2 ਸਾਲ ਅੱਛਾ ਪਹਿਲਾਂ ਇੱਥੇ ਫਤਿਹਗੜ੍ਹ ਸਰਹੰਦ ਲਾਏ ਆ ਅੱਛਾ ਅਤੇ ਉਹ ਤੋਂ ਬਾਅਦ ਫਿਰ ਇਹ ਉੱਥੇ ਵਗੇ ਮੋਹਾਲੀ ਜੀ ਜੀ ਅਤੇ ਅੱਜ ਤਾਂ ਫਿਰ ਇਹ ਕਰੋਨਾ 'ਚ ਹੋਇਆ ਫਿਰ ਕੰਮ ਬੰਦੇ ਹੋ ਗਿਆ ਉਹਨਾਂ ਦਾ ਵੀ ਜੀ ਚਲ ਫਿਰ ਇੱਧਰ ਨੂੰ ਬਣ ਗਈ ਲੈਣ ਉਹਦੀ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਸਮਾਂ ਕੱਢਿਆ ਸੀ ਕਾਕਾ ਜੀ ਦੇ ਜਿਹੜੇ ਪਿਤਾ ਜੀ ਬਹੁਤ ਹੀ ਅਸੀਂ ਦੇਖਦੇ ਹਾਂ ਖੁਸ਼ ਮਿਜਾਜ ਹੈਗੇ ਨੇ ਕਿ ਅਸੀਂ ਮਿਹਨਤਾਂ ਕੀਤੀਆਂ ਨੇ ਚਾਹੇ ਅਸੀਂ ਛੋਟੇ ਪਰਿਵਾਰ ਤੋਂ ਸੀ ਪਰ ਅਸੀਂ ਬੱਚੇ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਉਣ ਦਿੱਤੀ ਦੋ ਭਰਾ ਸੀ ਅਤੇ ਦੋਵਾਂ ਨੂੰ ਅਸੀਂ ਪੜ੍ਹਾਉਣ 'ਤੇ ਪੂਰਾ ਜ਼ੋਰ ਲਗਾਇਆ ਤਾਂ ਕਾਕਾ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਇੱਕ ਦੀ ਜ਼ਬਾਨ 'ਤੇ ਹੈਗਾ ਕਿਉਂਕਿ ਉਹਨਾਂ ਦੇ ਗਾਣੇ ਜਿਹੜੇ ਗੱਡੀਆਂ 'ਚ ਵੱਜਦੇ ਨੇ ਵਿਆਹ ਸ਼ਾਦੀਆਂ 'ਚ ਵੱਜਦੇ ਨੇ ਤਾਂ ਕਾਕੇ ਨੂੰ ਪਿਆਰ ਕਰਨ ਵਾਲੇ ਇੱਥੇ ਲਾਈਨਾਂ ਲੱਗਦੀਆਂ ਜਦੋਂ ਕਾਕਾ ਇੱਥੇ ਆਉਂਦਾ ਕਹਿਣਾ ਪਰਸਨ ਸ਼ੇਖ ਦੇ ਨਾਲ ਸੰਦੀਪ ਕੰਬੋਜ ਚੰਡੂ ਮਾਜਰਾ ਗੱਲ ਸੁਣੀ